ਗੁਰਦਾਸ ਮਾਨ ਸਭ ਤੋਂ ਨੰਬਰ ਇੱਕ ਮੁਜਰਮ। ਬਾਬੇ ਦਾ ਚੇਅਰਮੈਨ ਕਿਤੇ ਐਵੇਂ ਬਣ ਜਾਂਦਾ। ਦੋਸਤੋ, ਪੰਜਾਬੀ ਗਾਇਕ ਗੁਰਦਾਸ ਮਾਨ ਪੰਜਾਬੀ ਮਾਂ ਬੋਲੀ ਦੇ ਹੱਕ ਵਿੱਚ ਗੱਲ ਨਾ ਕਰਨ ਤੋਂ ਬਾਅਦ ਵੱਡੇ ਵਿਵਾਦਾਂ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਉਹ ਆਪਣੇ ਲਾਈਵ ਸ਼ੋਅ ਵਿੱਚ ਸਟੇਜ ਤੋਂ ਹੀ ਕੁਝ ਵਿਰੋਧ ਕਰ ਰਹੇ ਦਰਸ਼ਕਾਂ ਨੂੰ ਮੰਦਭਾਗੀ ਸ਼ਬਦ ਵੀ ਬੋਲ ਗਏ। ਪੰਗਾ ਲਿਆ ਨਾ ਕਿਸੇ ਨੂੰ ਲੈਣ ਦੇਣਾ, ਪਹਿਲਾਂ ਦੇਸ਼ ਵਿੱਚ ਚਿੱਟਾ ਨਹੀਂ ਰਹਿਣ ਦੇਣਾ, ਹੁਣ ਦਾੜੀ ਵਿੱਚ ਚਿੱਟਾ ਨਹੀਂ ਰਹਿਣ ਦੇਣਾ। ਇਹਨੂੰ ਨਾ ਮਰੋੜ ਕੇ ਬੱਤੀ ਬਣਾ ਕੇ ਲੈ ਲੈ। ਤੁਹਾਨੂੰ ਦੱਸ ਦਈਏ ਕਿ ਜਿਸ ਡੇਰੇ ਨਾਲ ਗੁਰਦਾਸ ਮਾਨ ਨਕੋਦੋ ਵਿੱਚ ਜੁੜੇ ਹੋਏ ਹਨ, ਉੱਥੇ ਦੇ ਮੁਖੀ ਰਹੇ ਸਾਈਂ ਵਿੱਕੀ ਸ਼ਾਹ ਨੇ ਕਾਫੀ ਸਮਾਂ ਪਹਿਲਾਂ ਹੀ ਸ਼ਾਇਦ ਗੁਰਦਾਸ ਮਾਨ ਨੂੰ ਪਹਿਚਾਣ ਲਿਆ ਸੀ। ਉਹਨਾਂ ਨੇ ਸਭ ਦੇ ਸਾਹਮਣੇ ਗੱਲ ਕਰਦੇ ਹੋਏ ਕਹਿ ਦਿੱਤਾ ਸੀ ਕਿ ਗੁਰਦਾਸ ਮਾਨ ਤੂੰ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੈ। ਤੁਸੀਂ ਖੁਦ ਇਸ ਵੀਡੀਓ ਵਿੱਚ ਦੇਖ ਸਕਦੇ ਹੋ। ਗੁਰਦਾਸ ਮਾਨ ਸਭ ਤੋਂ ਨੰਬਰ ਇੱਕ ਮੁਜਰਮ। ਬਾਬੇ ਦਾ ਚੇਅਰਮੈਨ ਕਿਤੇ ਐਵੇਂ ਬਣ ਜਾਂਦਾ ਸਿਰ। ਉਧਰ ਆਪਾਂ ਪੌੜੀ ਚੜ ਕੇ ਮਸੀਤ ਦੇਖਦੇ ਆ, ਕਹਿੰਦੇ ਮੇਰੀ ਜਗ੍ਹਾ ਇੱਥੇ ਬਣਾਉਣੀ। ਅਸੀਂ ਖੜੇ ਆ, ਜਿਹੜੀ ਇੱਕ ਪਟਵਾਰੀ ਪਟਵਾਰੀ ਦੀ ਬੜੀ ਹਵਾ ਉੱਥੇ ਚੱਲਦੀ ਆ। ਇਹਨੇ ਪੁਲਿਸ ਵਾਲਿਆਂ ਨੂੰ ਨਾਲ ਮਿਲਾ ਕੇ ਸਾਨੂੰ ਬਾਹਰ ਕੱਢ ਦੇਣਾ। ਮੇਰਾ ਦਿਲ ਜਿਹਾ ਨਹੀਂ ਕਰਦਾ, ਮੇਰਾ ਮਨ ਭਰਿਆ। ਬਾਕੀ ਕਹਾਣੀ ਕੱਲ ਨੂੰ ਸੁਣਾਵਾਂਗੇ ਜਾ ਕੇ। ਤਿੰਨ ਪੁਲਿਸ ਵਾਲੇ ਮੁਜਰਮਾਂ ਸਾਡੇ, ਸਾਰੀ ਪੁਲਿਸ ਨਾਲ ਵੈਰ ਨਹੀਂ ਹੋ। ਤਿੰਨ ਪੁਲਿਸ ਵਾਲੇ, ਦੋ DSP ਆ, ਇੱਕ SP ਆ। ਗੁਰਦਾਸ ਮਾਨ ਸਭ ਤੋਂ ਨੰਬਰ ਇੱਕ ਮੁਜਰਮ।